ਇੱਥੇ ਲਾਈਟ ਦਾ ਬਹੁਤ ਮਾੜਾ ਪ੍ਰਬੰਧ ਆ, ਜਾਣੀ ਕਿ ਨਰਸਾਂ ਵੀ ਜਿਹੜੀਆਂ ਵਾ ਉਹ ਕੀ ਕਰਨ, ਨਾ ਇੰਜੈਕਸ਼ਨ ਕਿਸੇ ਮਰੀਜ਼ ਨੂੰ ਲੱਗਦਾ ਅਤੇ ਨਾ ਹੀ ਇੱਥੇ ਕੋਈ ਜ਼ਿੰਮੇਵਾਰੀ ਲੈਂਦਾ। ਕਲਾਨੌਰ ਸਿਵਲ ਹੋਸਪਿਟਲ ਹੈ, ਪ੍ਰਸ਼ਾਸਨ ਨੂੰ ਇਹੀ ਅਪੀਲ ਕਰਾਂਗੇ ਕਿ ਇਸ ਹੋਸਪਿਟਲ ਦੇ ਬਾਰੇ ਵਿੱਚ ਉਹਨਾਂ ਨੂੰ ਕੁਛ ਸੋਚਣਾ ਚਾਹੀਦਾ ਕਿ ਆਪਣਾ ਮਰੀਜ਼ ਬੇਚੈਨ ਹੁੰਦੇ ਨੇ ਕਿ ਬਿਨਾਂ ਲਾਈਟ ਤੋਂ ਬਗੈਰ, ਅਤੇ ਕੋਈ ਸੁਣਵਾਈ ਨਹੀਂ ਹੈਗੀ। ਬੁਖਾਰ ਹੋਏ ਸਾਨੂੰ, ਇਹਨੇ ਆਉਣ ਡੇ ਜੇ ਸਾਡੇ ਇੱਧਰ, ਅਤੇ ਇਹਨੂੰ ਹੋ ਗਿਆ 5-6 ਵਜੇ ਨਾਲ ਗਏ ਦੀ ਪੱਤੀ, ਉਦੋਂ ਇਹਨਾਂ ਨੂੰ ਚਾਹੀਦਾ ਨਾ ਆਪ, ਹੁਣ ਇੱਥੇ ਕਰ ਸਕਦੇ ਹਾਂ ਅੱਜ ਕੱਲ੍ਹ ਵੀ ਬੱਤੀ ਆ ਜਾਏ ਤਾਂ ਚਲੋ ਚੰਗਾ, ਸਗਰਾਲ ਸੁੱਖ ਹੀ ਨਿਕਲ ਜਾਵੇ। ਪ੍ਰੋਬਲਮ ਇਹ ਹੈ ਕਿ ਇੱਥੇ ਸਰਕਾਰੀ ਹੋਸਪਿਟਲ ਲਾਈਟ ਦਾ ਕੋਈ ਇੰਤਜ਼ਾਮ ਹੈ, ਕਲਾਨੌਰ ਸਰਕਾਰੀ ਸਿਵਲ ਹੋਸਪਿਟਲ ਲਾਈਟ ਤਕਰੀਬਨ ਸ਼ਾਮ ਤੋਂ ਹੀ ਬੰਦ ਹੋਈ ਦੀ ਆ। ਜਨਰੇਟਰ ਦਾ ਪ੍ਰਬੰਧ ਹੈਗਾ, ਬਸ ਵਾਰਡਾਂ 'ਚ ਬੱਤੀ ਹੈ ਨਹੀਂ ਆ, ਬਾਕੀ ਬੱਤੀ ਹੈਗੀ ਦੀ ਆ। ਉਹ ਫਿਰ ਡਾਕਟਰ ਐਮਰਜੈਂਸੀ ਵਾਰਡਾਂ 'ਚ ਹੈਗੀ ਦੀ ਆ ਲਾਈਟ, ਅਤੇ ਉੱਥੇ ਫਿਰ ਵਾਰੋ ਵਾਰੀ ਸਿਰ ਕਰਦੇ ਪਏ ਆ ਉਹਨਾਂ, ਨਾ ਤਾਂ ਉੱਥੇ ਬੱਤੀ ਚੱਲਦੀ ਪਈ ਜੇ ਅਤੇ ਨਾ ਹੀ ਉੱਥੇ ਪੱਖਾ ਪੁੱਖਾ ਚੱਲਦਾ ਪਿਆ ਵਾ, ਇਸ ਲਈ ਫਿਰ ਉਹਨੂੰ ਐਮਰਜੈਂਸੀ ਵਾਰਡ 'ਚ ਉਹਦਾ ਇਲਾਜ ਚੱਲਦਾ ਪਿਆ। ਹੁਣ ਇਸ ਵੇਲੇ ਮੌਜੂਦ ਕੋਈ ਐਮਰਜੈਂਸੀ ਡਾਕਟਰ ਨਹੀਂ ਆ, ਬਸ ਇੱਕ ਨਰਸ ਹੈਗੇ ਦੇ ਆ, ਉਹ ਕਰਦੇ ਪਏ ਆ ਟ੍ਰੀਟਮੈਂਟ। ਔਰ ਤੋਂ ਇਹੀ ਮੰਗ ਚਾਹੁੰਦੇ ਹਾਂ ਕਿ ਬਹੁਤ ਮਤਲਬ ਵੱਡਾ ਹੈਗਾ ਦਾ ਇਹ ਹੋਸਪਿਟਲ ਸਰਕਾਰੀ ਕਲਾਨੌਰ ਵਿਖੇ, ਅਤੇ ਇੱਥੇ ਵੱਧ ਤੋਂ ਵੱਧ ਡਾਕਟਰ ਹੋਣ, ਅਤੇ ਐਮਰਜੈਂਸੀ ਹਰ ਇੱਕ ਸੁਵਿਧਾ ਹੋਣੀ ਚਾਹੀਦੀ ਆ, ਲਾਈਟ ਦਾ ਪੁੱਕਾ ਪੂਰਾ ਮਤਲਬ ਪ੍ਰਬੰਧ ਹੋਣਾ ਚਾਹੀਦਾ ਵਾ, ਅਤੇ ਬਾਕੀ ਵੀ ਹੋਰ ਜ਼ਰੂਰਤਾਂ। ਮੇਰਾ ਨਾਮ ਬਲਰਾਜ ਸਿੰਘ ਹੈ ਜੀ। ਹਾਂਜੀ, ਕਿੱਥੇ ਤੁਸੀਂ ਆਏ ਅੱਜ? ਮੈਂ ਜੀ ਸਰ ਕਲਾਨੌਰ ਹੋਸਪਿਟਲ ਆਇਆ ਹਾਂ ਸਰ, ਸੱਪ ਨੇ ਮਾੜੀ ਜਿਹੀ ਸ਼ਾਮ ਨੂੰ ਬੰਦੀ ਵੱਢ ਦਿੱਤੀ ਸੀ, ਅਤੇ ਇਸ ਕਰਕੇ ਮੈਂ ਇੱਥੇ ਇਲਾਜ ਕਰਾਉਣ ਵਾਸਤੇ ਆਇਆ ਹਾਂ, ਅਤੇ ਬਾਕੀ ਇਹਨਾਂ ਨੇ ਆਪਣਾ ਟ੍ਰੀਟਮੈਂਟ ਤਾਂ ਕਰ ਰਹੇ, ਲੇਕਿਨ ਇੱਥੇ ਬੱਤੀ ਦਾ ਬਹੁਤ ਮਾੜਾ ਹਾਲ ਹੈ। ਬੱਤੀ ਆ ਹਾਲ ਤਾਂ ਸਾਰੇ ਹੀ ਮਰੀਜ਼ ਜਿਹੜੇ ਉਹ ਬਾਹਰ ਹੀ ਬੈਠੇ ਆ, ਅਤੇ ਪੰਜਾਬ ਸਰਕਾਰ ਨੂੰ ਇਹ ਬੜੀ ਬੇਨਤੀ ਆ ਵੀ ਘੱਟ ਤੋਂ ਘੱਟ ਹੋਸਪਿਟਲਾਂ ਵਿੱਚ ਕੋਈ ਮਾੜਾ ਮਾੜਾ ਜਨਰੇਟਰ ਦਿੱਤਾ ਜਾਵੇ ਜੇ ਕੋਈ ਐਮਰਜੈਂਸੀ 'ਚ ਬੱਤੀ ਬੰਦ ਆ, ਅਤੇ ਤਾਂ ਕਿ ਲੋਕ ਤਾਂ ਆਪਣੀ ਆਪਣੀ ਜ਼ਿੰਦਗੀ ਜਿਹੜੀ ਆਪਣੀ ਜੀਵਨ ਦਾ ਸੁੱਖ ਨਾਲ ਜੀ ਸਕਦੇ। ਹਸਪਤਾਲ ਦੇ ਵਿੱਚ ਬੰਦਾ ਜੀਣ ਆਉਂਦਾ ਵਾ, ਅਤੇ ਜੋ ਬੱਤੀ ਤੋਂ ਬਿਨਾਂ ਮਰ ਗਿਆ ਤਾਂ ਕੀ ਫਾਇਦਾ ਉਹਨੂੰ। ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਜੀ, ਪੰਜਾਬ ਸਰਕਾਰ ਨੂੰ ਮੇਰੀ ਅਪੀਲ ਹੈ ਜੀ, ਥੈਂਕ ਯੂ। ਨਾਮ ਯੋਗੇਸ਼ ਕੁਮਾਰ ਹੈ ਜੀ, ਅਤੇ ਇੱਥੇ ਲਾਈਟ ਦਾ ਬਹੁਤ ਮਾੜਾ ਪ੍ਰਬੰਧ ਆ, ਜਾਣੀ ਕਿ ਨਰਸਾਂ ਵੀ ਜਿਹੜੀਆਂ ਵਾ ਉਹ ਕੀ ਕਰਨ, ਨਾ ਇੰਜੈਕਸ਼ਨ ਕਿਸੇ ਮਰੀਜ਼ ਨੂੰ ਲੱਗਦਾ ਅਤੇ ਨਾ ਹੀ ਇੱਥੇ ਕੋਈ ਜ਼ਿੰਮੇਵਾਰੀ ਲੈਂਦਾ। ਕਲਾਨੌਰ ਸਿਵਲ ਹੋਸਪਿਟਲ ਹੈ, ਪ੍ਰਸ਼ਾਸਨ ਨੂੰ ਇਹੀ ਅਪੀਲ ਕਰਾਂਗੇ ਕਿ ਇਸ ਹੋਸਪਿਟਲ ਦੇ ਬਾਰੇ ਵਿੱਚ ਉਹਨਾਂ ਨੂੰ ਕੁਛ ਸੋਚਣਾ ਚਾਹੀਦਾ ਕਿ ਆਪਣਾ ਮਰੀਜ਼ ਬੇਚੈਨ ਹੁੰਦੇ ਨੇ ਕਿ ਬਿਨਾਂ ਲਾਈਟ ਤੋਂ ਬਗੈਰ, ਅਤੇ ਕੋਈ ਸੁਣਵਾਈ ਨਹੀਂ ਹੈਗੀ। ਬੁਖਾਰ ਹੋਏ ਸਾਨੂੰ, ਇਹਨੇ ਆਉਣ ਡੇ ਜੇ ਸਾਡੇ ਇੱਧਰ, ਅਤੇ ਇਹਨੂੰ ਹੋ ਗਿਆ 5-6 ਵਜੇ ਨਾਲ ਗਏ ਦੀ ਪੱਤੀ, ਉਦੋਂ ਇਹਨਾਂ ਨੂੰ ਚਾਹੀਦਾ ਨਾ ਆਪ, ਹੁਣ ਇੱਥੇ ਕਰ ਸਕਦੇ ਹਾਂ ਅੱਜ ਕੱਲ੍ਹ ਵੀ ਬੱਤੀ ਆ ਜਾਏ ਤਾਂ ਚਲੋ ਚੰਗਾ, ਸਗਰਾਲ ਸੁੱਖ ਹੀ ਨਿਕਲ ਜਾਵੇ। ਪ੍ਰੋਬਲਮ ਇਹ ਹੈ ਕਿ ਇੱਥੇ ਸਰਕਾਰੀ ਹੋਸਪਿਟਲ ਲਾਈਟ ਦਾ ਕੋਈ ਇੰਤਜ਼ਾਮ ਹੈ, ਕਲਾਨੌਰ ਸਰਕਾਰੀ ਸਿਵਲ ਹੋਸਪਿਟਲ ਲਾਈਟ ਤਕਰੀਬਨ ਸ਼ਾਮ ਤੋਂ ਹੀ ਬੰਦ ਹੋਈ ਦੀ ਆ। ਜਨਰੇਟਰ ਦਾ ਪ੍ਰਬੰਧ ਹੈਗਾ, ਬਸ ਵਾਰਡਾਂ 'ਚ ਬੱਤੀ ਹੈ ਨਹੀਂ ਆ, ਬਾਕੀ ਬੱਤੀ ਹੈਗੀ ਦੀ ਆ। ਉਹ ਫਿਰ ਡਾਕਟਰ ਐਮਰਜੈਂਸੀ ਵਾਰਡਾਂ 'ਚ ਹੈਗੀ ਦੀ ਆ ਲਾਈਟ, ਅਤੇ ਉੱਥੇ ਫਿਰ ਵਾਰੋ ਵਾਰੀ ਸਿਰ ਕਰਦੇ ਪਏ ਆ ਉਹਨਾਂ, ਨਾ ਤਾਂ ਉੱਥੇ ਬੱਤੀ ਚੱਲਦੀ ਪਈ ਜੇ ਅਤੇ ਨਾ ਹੀ ਉੱਥੇ ਪੱਖਾ ਪੁੱਖਾ ਚੱਲਦਾ ਪਿਆ ਵਾ, ਇਸ ਲਈ ਫਿਰ ਉਹਨੂੰ ਐਮਰਜੈਂਸੀ ਵਾਰਡ 'ਚ ਉਹਦਾ ਇਲਾਜ ਚੱਲਦਾ ਪਿਆ। ਹੁਣ ਇਸ ਵੇਲੇ ਮੌਜੂਦ ਕੋਈ ਐਮਰਜੈਂਸੀ ਡਾਕਟਰ ਨਹੀਂ ਆ, ਬਸ ਇੱਕ ਨਰਸ ਹੈਗੇ ਦੇ ਆ, ਉਹ ਕਰਦੇ ਪਏ ਆ ਟ੍ਰੀਟਮੈਂਟ। ਔਰ ਤੋਂ ਇਹੀ ਮੰਗ ਚਾਹੁੰਦੇ ਹਾਂ ਕਿ ਬਹੁਤ ਮਤਲਬ ਵੱਡਾ ਹੈਗਾ ਦਾ ਇਹ ਹੋਸਪਿਟਲ
ਸਰਕਾਰੀ ਕਲਾਨੌਰ ਵਿਖੇ, ਅਤੇ ਇੱਥੇ ਵੱਧ ਤੋਂ ਵੱਧ ਡਾਕਟਰ ਹੋਣ, ਅਤੇ ਐਮਰਜੈਂਸੀ ਹਰ ਇੱਕ ਸੁਵਿਧਾ ਹੋਣੀ ਚਾਹੀਦੀ ਆ, ਲਾਈਟ ਦਾ ਪੁੱਕਾ ਪੂਰਾ ਮਤਲਬ ਪ੍ਰਬੰਧ ਹੋਣਾ ਚਾਹੀਦਾ ਵਾ, ਅਤੇ ਬਾਕੀ ਵੀ ਹੋਰ ਜ਼ਰੂਰਤਾਂ। ਮੇਰਾ ਨਾਮ ਬਲਰਾਜ ਸਿੰਘ ਹੈ ਜੀ। ਹਾਂਜੀ, ਕਿੱਥੇ ਤੁਸੀਂ ਆਏ ਅੱਜ? ਮੈਂ ਜੀ ਸਰ ਕਲਾਨੌਰ ਹੋਸਪਿਟਲ ਆਇਆ ਵਾਂ ਸਰ। ਸੱਪ ਨੇ ਮਾੜੀ ਜਿਹੀ ਸ਼ਾਮ ਬੰਦੀ ਵੱਢ ਦਿੱਤੀ ਸੀ, ਇਸ ਕਰਕੇ ਮੈਂ ਇੱਥੇ ਇਲਾਜ ਕਰਾਉਣ ਵਾਸਤੇ ਆਇਆ ਵਾਂ, ਅਤੇ ਬਾਕੀ ਇਹਨਾਂ ਨੇ ਆਪਣਾ ਟ੍ਰੀਟਮੈਂਟ ਤਾਂ ਕਰ ਰਹੇ, ਲੇਕਿਨ ਇੱਥੇ ਬੱਤੀ ਦਾ ਬਹੁਤ ਮਾੜਾ ਹਾਲ ਹੈ। ਬੱਤੀ ਆਇਆ ਵਾ ਤਾਂ ਸਾਰੇ ਹੀ ਮਰੀਜ਼ ਜਿਹੜੇ ਉਹ ਬਾਹਰ ਹੀ ਬੈਠੇ ਆ, ਅਤੇ ਪੰਜਾਬ ਸਰਕਾਰ ਨੂੰ ਇਹ ਬੜੀ ਬੇਨਤੀ ਆ ਵੀ ਘੱਟ ਤੋਂ ਘੱਟ ਹੋਸਪਿਟਲਾਂ ਵਿੱਚ ਕੋਈ ਮਾੜਾ ਮਾੜਾ ਜਨਰੇਟਰ ਦਿੱਤਾ ਜਾਵੇ ਜੇ ਕੋਈ ਐਮਰਜੈਂਸੀ 'ਚ ਬੱਤੀ ਬੰਦ ਆ, ਅਤੇ ਤਾਂ ਕਿ ਲੋਕ ਤਾਂ ਆਪਣੀ ਆਪਣੀ ਜ਼ਿੰਦਗੀ ਜਿਹੜੀ ਆਪਣੀ ਜੀਵਨ ਦਾ ਸੁੱਖ ਨਾਲ ਜੀ ਸਕਦੇ। ਹਸਪਤਾਲ ਦੇ ਵਿੱਚ ਬੰਦਾ ਜੀਣ ਆਉਂਦਾ ਵਾ, ਅਤੇ ਜੋ ਬੱਤੀ ਤੋਂ ਬਿਨਾਂ ਮਰ ਗਿਆ ਤਾਂ ਕੀ ਫਾਇਦਾ ਉਹਨੂੰ। ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਜੀ, ਪੰਜਾਬ ਸਰਕਾਰ ਨੂੰ ਮੇਰੀ ਅਪੀਲ ਹੈ ਜੀ, ਥੈਂਕ ਯੂ ਜੀ।